ਰਿਹਾ ਹੈ ਕਿ ਜਿਹੜਾ ਐਮ ਸੀ ਆਈ ਜਦੋਂ ਬੱਚਾ ਬਾਹਰ ਜਾਂਦਾ ਆ ਕੇ ਉਹਨੂੰ ਐਮ ਸੀ ਆਈ ਟੈਸਟ ਦੇਣਾ ਪੈਂਦਾ ਐਫ ਐਮ ਜੀ ਜਿਹੜੇ ਬੱਚੇ ਉੱਥੋਂ ਬਾਹਰੋਂ ਵਾਪਸ ਆਏ ਉਹਨਾਂ ਨੇ ਆ ਕੇ ਟੈਸਟ ਦਿੱਤਾ ਉਹ ਸਾਰੇ ਸਾਡੇ ਬੱਚੇ ਜਿਹੜੇ ਆ ਕਲੀਅਰ ਹੋਏ ਐਫ ਐਮ ਜੀ ਕਲੀਅਰ ਹੋ ਗਏ ਰਜਿਸਟਰਡ ਡਾਕਟਰ ਬਣ ਗਏ ਅਤੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਇੱਕ ਉਹਨਾਂ ਦੀ ਅਚੀਵਮੈਂਟ 'ਤੇ ਇੱਕ ਅਵਾਰਡ ਦਿੱਤਾ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ And after 6 years, I came back here and I cleared my MCI exam. And now I'm going for internship for 1 year. And after that, I will be a registered doctor in India and I'll do a job as a doctor in India. I'm feeling so proud and my parents are so happy that I cleared my MCI exam. And it was not so easy. But after full guidance of my parents and I'm like really feeling so proud that I have achieved it. And now I have so many options. I can do the internship in India. ਅੱਜ ਦਾ ਫੰਕਸ਼ਨ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਨੂੰ ਉੱਥੋਂ ਦੀ ਪਰਫੋਰਮੈਂਸ ਦੇ ਰਿਪੋਰਟ ਕਾਰਡ ਜਿਹੜੇ ਆ ਉਹ ਸਾਰਿਆਂ ਨੂੰ ਦਿੱਤੇ ਗਏ ਜਿਹੜੇ ਜਿਹੜੇ ਬੱਚਿਆਂ ਨੂੰ ਜਿਹੜੀ ਜਿਹੜੀ ਮੁਸ਼ਕਲ ਸੀ ਉਹਦੇ ਮੁਤਾਬਕ ਉਹਨਾਂ ਨੂੰ ਗਾਈਡ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਬੱਚੇ ਐਮ ਸੀ ਆਈ ਫਸਟ ਅਟੈਂਪਟ 'ਚ ਐਤਕਾ ਕਲੀਅਰ ਕਰ ਚੁੱਕੇ ਸਾਡੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਸੀ ਅਤੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਸੀ ਉਹਨਾਂ ਨੂੰ ਪੇਰੈਂਟਸ ਨੂੰ ਵੀ ਓਨਰ ਕੀਤਾ ਟਰੋਫੀਆਂ ਦੇ ਕੇ ਅਤੇ ਉਹ ਬੱਚਿਆਂ ਨੂੰ ਵੀ ਅਸੀਂ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਤਾਂ ਕਿ ਉਹਨਾਂ ਨੂੰ ਦੇਖ ਕੇ ਦੂਸਰੇ ਬੱਚਿਆਂ ਦਾ ਵੀ ਹੌਸਲਾ ਪੇਰੈਂਟਸ ਦਾ ਵੀ ਹੌਸਲਾ ਵਧੇ